ਦਿਹਾੜੀਆ ਲਿਆ ਕੇ ਵੇ ਪੁੱਤ ਪਾਲੀ ਆ ਮਾਂ ਰੋਟੀ ਖਾ ਲੈ ਦੁਪਹਿਰ ਕੱਦੀ ਹੋਈ ਪਈ ਹੈਗੀ ਉਹ ਕੋਈ ਨਾ ਮੈਨੂੰ ਭੁੱਖ ਨਹੀਂ ਹੈਗੀ ਦੇਖ ਲੈ ਕਹਿੰਦਾ ਭੁੱਖ ਨਹੀਂ ਹੈਗੀ ਅਸੀਂ ਕਰਦਾ ਤਾਂ ਮੁੰਡਾ ਗਰਮੀ ਭਰ ਜੂ ਢਿੱਡ 'ਚ ਤੂੰ ਰੋਟੀ ਖਾ ਪਹਿਲਾਂ ਉਹ ਖਾ ਤਾਂ ਲਈ ਜੀ ਸਵੇਰੇ ਹੁਣੇ ਭੁੱਖ ਹੀ ਨਹੀਂ ਲੱਗਦੀ ਇਹਨੂੰ ਨਾ ਹੁਣ ਸਵੇਰ ਵਾਲੀ ਅੜੀ ਆ ਪਈ ਆ ਪੁੱਤ ਤੂੰ ਰੋਟੀ ਖਾ ਲਾ ਦੁਪਹਿਰ ਦਾ ਟਾਈਮ ਹੋਇਆ ਪਿਆ ਕੰਮ ਕਰ ਲੈਂਦੇ ਉਧਰੋਂ ਬਾਹਾਂ ਬਾੜੀ ਗੁੱਡਣ ਵਾਲੀ ਪਈ ਆ ਇਹ ਨਹੀਂ ਕੰਮ ਮੁੱਕਦੇ ਹੁੰਦੇ ਇਹ ਤਾਂ ਅਸੀਂ ਚੱਲੀ ਜਾਊਗਾ ਰਹਿੰਦਾ ਖੁੰਦਾ ਮੇਰਾ ਬੋਲ ਖਰਾਬ ਹੋ ਗਿਆ ਉੱਤੋਂ ਤੂੰ ਬੋਲੀ ਜਾਂਦੀ ਆ ਖਾਲੀ ਪੇਟ ਠੰਡਾ ਪਾਣੀ ਪੀ ਜਾਵੇਂਗਾ ਗਲਾ ਤਾਂ ਖਰਾਬ ਹੋਊਗਾ ਹੀ ਪਹਿਲਾਂ ਰੋਟੀ ਦਾ ਨਵੇੜਾ ਪਾਣੀ ਦਾ ਪੀਣੀ ਆ ਹੁਣ ਭੁੱਖ ਲੱਗਦੀ ਆ ਤੇ ਲੱਗਦੀ ਆ ਇਹ ਨਾ ਮੁੰਡਾ ਕਿਸੇ ਦੀ ਗੱਲ ਸੁਣੇ ਪਹਿਲੇ ਬੋਲ ਬਿਮਾਰ ਹੋ ਕੇ ਪੈ ਗਿਆ ਫਿਰ ਦੇਖੀ ਜਾਊ ਇੱਥੇ ਕੌਣ ਕੰਮ ਕਰੂ ਫਿਰ ਆ ਗਈ ਪੁੱਤ ਹਾਂ ਬੇਬੇ ਆ ਗਈ ਗਰਮੀ ਬੜੀ ਆ ਨਾ ਮਾੜਾ ਮੋਟਾ ਸਿਰ ਤੇ ਕੋਈ ਕੱਪੜਾ ਲੈ ਲਿਆ ਕਰ ਇੰਨੀ ਧੁੱਪ ਚ ਆਉਣੀ ਆ ਹੌਂਕ ਦੀ ਹੈ ਓਹ ਬੇਬੇ ਐਨੀ ਤਾਂ ਧੁੱਪ ਪੈਂਦੀ ਆ ਮਿੰਟ ਚ ਸੁੱਕ ਜਾਂਦਾ ਕੱਪੜਾ ਗਿੱਲਾ ਕੀਤਾ ਦੱਸ ਕੀ ਕਰੂਗਾ ਬਿਮਾਰ ਹੋ ਜਾਓਗੇ ਨਾ ਤਾਂ ਉਹ ਮੁੰਡਾ ਗੱਲ ਸੁਣਦਾ ਨਾ ਤੂੰ ਸੁਣਦੀ ਆ ਲੈ ਦੱਸ ਤੂੰ ਤਾਂ ਐਵੇਂ ਤਾਂ ਪੀ ਪਈ ਆ ਕੀ ਹੋਇਆ ਕੁਛ ਨਹੀਂ ਹੋਇਆ ਪੁੱਤ ਜਾ ਕੇ ਚਾਹ ਦੀ ਘੁੱਟ ਕਰ ਲਾ ਨਾਲੇ ਤਾਂ ਮੈਨੂੰ ਘੁੱਟ ਦੇ ਦੀ ਨਾ ਉਹ ਪਾਲੀ ਪੀ ਲੂਗਾ ਨਾ ਤੂੰ ਪੀ ਲਈ ਚੱਲ ਕਰ ਲੈਂਦੀ ਆ ਮੰਮੀ ਨਾਲੇ ਪੁੱਤ ਰੋਟੀ ਗਰਮ ਕਰ ਲਈ ਪਾਲੀ ਖਾ ਲੂਗਾ ਅੱਜ ਲੇਟ ਕਾਹਤੋਂ ਹੋ ਗਈ ਇੰਨਾ ਤੂੰ ਉਹ ਬੇਬੇ ਤੈਨੂੰ ਪਤਾ ਤਾਂ ਹੈਗਾ ਬੱਸਾਂ ਦਾ ਉੱਥੇ ਘੰਟਾ ਘੰਟਾ ਖੜੇ ਰਹਿੰਦੇ ਮਸਾਂ ਹੀ ਖੜਦੀਆਂ ਨੇ ਬੱਸਾਂ ਚੱਲ ਕੋਈ ਨਾ ਜਾ ਬਾਗ ਜਾ ਪਾਣੀ ਧਾਣੀ ਪੀ ਲਾ ਜਾ ਕੇ ਠੀਕ ਆ ਦੱਸ ਕੀ ਬਣੂ ਅੱਜ ਕੱਲ੍ਹ ਦੇ ਜਵਾਕਾਂ ਦਾ ਹਾਂ ਕੁੜੀ ਆ ਗਈ ਤੂੰ ਹਾਂਜੀ ਵੀਰੇ ਲੇਟ ਹੋ ਗਈ ਉਹ ਵੀਰੇ ਬੱਸ ਲੇਟ ਹੋ ਗਈ ਸੀ ਪਹਿਲਾਂ ਆ ਜਾ ਕਰ ਟਾਈਮ ਨਾਲ ਕਿੰਨਾ ਟਾਈਮ ਬੁਰਾ ਹਾਲ ਆਈ ਹੈ ਕੀ ਹੋ ਗਿਆ ਪਾਲੀ ਉਹ ਮਾਂ ਮਾਂ ਤੈਨੂੰ ਐਂ ਕਹਿਣਾ ਆਹ ਕੁੜੀ ਜਿਹੇ ਹੱਥ ਪੀਲੇ ਕਰਕੇ ਨਾ ਪਰਾਂ ਵਿਆਹ ਕਰੀਏ ਇਹਦਾ ਅੱਜ ਕੱਲ੍ਹ ਜ਼ਮਾਨਾ ਠੀਕ ਨਹੀਂ ਗਿਆ ਮਾਂ ਕੀ ਹੋ ਗਿਆ ਪੁੱਤ ਤੈਨੂੰ ਹੁਣ ਕਿਹਨੇ ਕੁਛ ਕਹਿਤਾ ਉਹ ਕਹਿਣ ਨੂੰ ਹੁਣ ਜਵਾਨ ਹੋ ਰਹੀ ਹੈ ਯਾਰ ਕੋਈ ਨਾ ਪੜ੍ਹ ਲੈਣ ਦੇ ਉਹਨੂੰ ਦੋ ਜਮਾਤਾਂ ਕੋਈ ਚੱਜ ਦਾ ਟਿਕਾਣਾ ਮਿਲ ਜੂਗਾ ਉਹ ਅੱਗੇ ਵੀ ਦੇਖਣਾ ਮਾਂ ਜੇ ਤਾਂ ਹੁਣ ਦੇਖਾਂਗੇ ਤਾਂ ਹੀ ਅੱਗੇ ਮਿਲੂ ਜਾ ਕੇ ਕੋਈ ਨਾ ਪੁੱਤ ਪੜ੍ਹ ਲੈਣ ਦੇ ਦੇਖ ਲਾਂਗੇ ਵਿਆਹ ਤਾਂ ਜਦ ਮਰਜ਼ੀ ਕਰ ਦੇ ਵਿਆਹੁਣ ਵਾਲਾ ਤਾਂ ਹੁਣ ਤੂੰ ਵੀ ਆ ਚੱਲ ਚੰਗਾ ਚਾਹ ਪਿਆ ਦੇ ਮੈਨੂੰ ਪਹਿਲਾਂ ਰੋਟੀ ਖਾ ਲਾ ਫਿਰ ਚਾਹ ਪੀ ਲਈ ਮੈਂ ਤਾਂ ਇਕੱਠੀ ਖਾਊਂਗਾ ਹੁਣ ਚੱਲ ਲਿਆ ਕੇ ਦਵਾਈ ਲੈ ਕੇ ਮੇਰਾ ਗਲ ਬਹਿ ਗਿਆ ਲਿਆ ਕੇ ਦਿੰਨੀ ਆ ਇਹਨ ਮੈਂ ਡਾਕਟਰ ਜੀਤ ਨੂੰ ਫੋਨ ਹੀ ਕਰ ਦੇਣਾ ਨਾਲੇ ਤਾਪ ਜਿਹਾ ਦੇਖ ਜੂਗਾ ਤਾਪ ਜਿਹਾ ਹੋ ਰਿਹਾ ਗਲ ਤਾਂ ਜ਼ਿਆਦਾ ਖਰਾਬ ਹੋਈ ਜਾਂਦਾ ਮਸਾ ਸੈੱਟ ਆਊਗਾ ਪਾਲੀ ਆ ਗੇਟ ਖੜ ਕੇ ਪੁੱਤ ਦੇਖੀ ਕੌਣ ਆਇਆ ਉਹ ਦੇਖਦਾ ਉਹ ਗੁਰੀ ਹੋਊਗਾ ਗੁਰੀ ਆਇਆ ਹੋਣਾ ਦੇਖਦਾ ਮੈਂ ਪਾਲੀ ਪਾਲੀ ਉਹ ਆ ਵੀ ਗੁਰੀ ਕਿਵੇਂ ਆ ਵਧੀਆ ਵਧੀਆ ਤੂੰ ਦੱਸ ਵਧੀਆ ਵਧੀਆ ਉਹ ਖੜ ਜਾ ਯਾਰ ਫੋਨ ਆ ਗਿਆ ਉਹਨੂੰ ਉਹ ਯਾਰ ਆਪਾਂ ਫੇਰ ਬਾਗ ਚੱਲਦੇ ਕੰਮ ਆ ਸਹੇਲੀ ਦਾ ਫੋਨ ਆ ਗਿਆ ਯਾਰ ਉਹ ਕਿਹਦਾ ਫੋਨ ਆ ਉਹ ਸਹੇਲੀ ਆ ਨਵੀਂ ਬਣੀ ਹੈ ਯਾਰ ਹੁਣ ਤੈਨੂੰ ਪਤਾ ਨਵਾਂ ਕਾਲਜ ਬਣਿਆ ਇੱਥੇ ਆਪਣੇ ਦੋ ਗੇੜੇ ਮਾਰਦੇ ਹਾਂ ਸਹੇਲੀ ਬਣ ਜਾਂਦੀ ਆ
ਹੋਰ ਕੀ ਕੰਮ ਰਹੇਗਾ ਅੱਜ ਕੱਲ੍ਹ ਆਹੀ ਕੰਮ ਹੈ ਉਹਨਾਂ ਵਾਲੇ ਕਿਹੜੀਆਂ ਰਹੀਆਂ ਅੱਜ ਕੱਲ੍ਹ ਪੜ੍ਹਾਈਆਂ ਯਾਰ ਕੁੜੀਆਂ ਆਹੀ ਕੰਮ ਕਰਦੀਆਂ ਨੇ ਚੱਲ ਮੈਂ ਫਿਰ ਮਿਲਦਾ ਉਹਨਾਂ ਨੂੰ ਉਹ ਗੁਰੀ ਤੂੰ ਕਿਹੜੇ ਪੰਗਿਆਂ 'ਚ ਪੈ ਗਿਆ ਯਾਰ ਉਹ ਕੁਛ ਨਹੀਂ ਹੁੰਦਾ ਹੈਗਾ ਮੈਂ ਗੱਲ ਕਰ ਲਾਂ ਯਾਰ ਆਪਾਂ ਫਿਰ ਬਾਅਦ ਚੱਲ ਲਾਂਗੇ ਕੰਮ ਉਹ ਚੱਲ ਚਾਹ ਤਾਂ ਪੀ ਜਾ ਯਾਰ ਕੋਈ ਨਾ ਫਿਰ ਆਉਂਦਾ ਮੈਂ ਓਏ ਆ ਜਾ ਕੋਈ ਨਾ ਫਿਰ ਆਊਂਗਾ ਤੇਰੇ ਲਵੇ ਇਹ ਵੀ ਪਤੰਦਰ ਹੋਰ ਹੀ ਰਾਹ ਤੁਰਿਆ ਫਿਰਦਾ ਕਿਹੜੇ ਕੰਮਾਂ 'ਚ ਪੈ ਗਏ ਇਹ ਵੀ ਅੱਜ ਕੱਲ੍ਹ ਜ਼ਮਾਨਾ ਆ ਗਿਆ ਬਸ ਪਟਵਾਰੀ ਆ ਰਿਹਾ ਸੀ ਉੱਥੇ ਗਵਾਂਢੀ ਨੇ ਉਹ ਨਿਸ਼ਾਨੀ ਲਾ ਗਿਆ ਸੀ ਪਰ ਆਪਣੀ ਬੱਟ ਸਿੱਧੀ ਆਉਂਦੀ ਸੀ ਬੱਟ ਪੈ ਗਈ ਅੱਛਾ ਅੱਛਾ ਚੱਲ ਬੇਬੇ ਅੱਜ ਵਾਲਾ ਅਖਬਾਰ ਉੱਥੇ ਪਿਆ ਸੀ ਟੇਬਲ ਤੇ ਪਿਆ ਸੀ ਨਾ ਸਵੇਰੇ ਤਾਂ ਤੂੰ ਅਖਬਾਰ ਪੜ੍ਹ ਕੇ ਗਈ ਸੀ ਉਹ ਬੇਬੇ ਮੈਂ ਨਾ ਚੰਗੀ ਤਰ੍ਹਾਂ ਪੜ੍ਹਿਆ ਨਹੀਂ ਸੀ ਮੇਰੇ ਕਾਲਜ ਦਾ ਟਾਈਮ ਹੋ ਗਿਆ ਸੀ ਨਾ ਤਾਂ ਕਰਕੇ ਮੈਂ ਹਜੇ ਪੜ੍ਹਨਾ ਅੱਛਾ ਅੱਛਾ ਉੱਥੇ ਪਿਆ ਪੁੱਤ ਚੱਕ ਲਾ ਮੈਂ ਅਖਬਾਰ ਹੀ ਪੜ੍ਹਦੀ ਰਹਿੰਦੀ ਹਾਂ ਸਾਰਾ ਦਿਨ ਪਤਾ ਨਹੀਂ ਕੀ ਲੱਭਦੀ ਉਹਨਾਂ 'ਚੋਂ ਹਾਏ ਹਾਏ ਵੇ ਪੁੱਤ ਤੈਨੂੰ ਕੀ ਵਹਿਮ ਹੋਇਆ ਰਹਿੰਦਾ ਮਾੜਾ ਦਿਮਾਗ ਨੂੰ ਸੈੱਟ ਰੱਖਿਆ ਕਰ ਉਹ ਜਦੋਂ ਵੀ ਦੇਖਣਾ ਅਖਬਾਰ ਹੀ ਪੜ੍ਹੀ ਜਾਊਗੀ ਕੁੜੇ ਕੋਈ ਕੰਮ ਕਰ ਲਾ ਅਖਬਾਰ ਚੱਕ ਕੇ ਬੈਠੀ ਆ ਫਿਰ ਕਹਿ ਦਿੰਦੀ ਉਹ ਮੁੰਡਾ ਬੋਲਦਾ ਗਾ ਬਸ ਬੇਬੇ ਥੋੜਾ ਜਿਹਾ ਰਹਿ ਗਿਆ ਕਰ ਲੈਣੀ ਆ ਕੰਮ ਨਾ ਤਾਂ ਤੂੰ ਕੁਛ ਖਾਧਾ ਪੀਤਾ ਬਸ ਅਖਬਾਰ ਲੈ ਕੇ ਬਹਿ ਗਈ ਆ ਕੇ ਆ ਮੱਕੀ ਛੱਡੇ ਤਾਂ ਹੋਣੀ ਹੋਈ ਆ ਮੜੀ ਯਾਰ ਪਹਿਲਾਂ ਤਾਂ ਜਮੀਨ ਹਾਲ ਕਰਕੇ ਮੱਕੀਆਂ ਨੇ ਕਿਹੜਾ ਗਰਮੀ ਬਾਲੀ ਪੈਂਦੀ ਆ ਗਰਮੀ ਨਹੀਂ ਹੋਣ ਦਿੰਦੀ ਮੱਕੀਆਂ ਅੱਜ ਦੀ ਬਾਅਦ ਸਪਰੇਅ ਦੱਸ ਕੇ ਗਈ ਤੀ ਉਹਨੇ ਫਲਾਈ ਆ ਮੜੀ ਨਹੀਂ ਤਾਂ ਉਹੀ ਹੋਮੇ ਪਈ ਹੋਰ ਕੀ ਯਾਰ ਇਹ ਸਪਰੇਅ ਹਨ ਵਾਲੀ ਆ ਗਰਮੀ ਦਾ ਦੇਖ ਭੈਣ ਚ ਕਿੰਨੀ ਪੈਂਦੀ ਆ ਸੋਡਲ ਜੀ ਦਾ ਕੱਦ ਤਾਂ ਆਪ ਛੋਟਾ ਹੀ ਲੱਗਦਾ ਨਾ ਮਦਰੀ ਆ ਵਧੀਆ ਨਹੀਂ ਗੀ ਯਾਰ ਸੱਚ ਡੈਕ ਲਵਾ ਲਿਆ ਤੂੰ ਇਹ ਹਾਂ ਡੈਕ ਲਵਾ ਲਿਆ ਕਿਵੇਂ ਆ ਵਧੀਆ ਠੀਕ ਆ ਨਾ ਕਿੰਨੇ ਕੁ ਲੱਗੇ ਫਿਰ ਪੈਸੇ ਤਾਂ ਬਹੁਤ ਲੱਗੇ ਲੱਗੇ 20-35 ਹਜ਼ਾਰ ਰੁਪਇਆ ਚੱਲ ਹੁਣ ਵਾਹਣ ਬਾਉਣ ਵੇਲੇ ਵਧੀਆ ਮੌਜ ਨਾਲ ਬਾਹੀਗਾ ਉਹ ਸੱਚ ਤੈਨੂੰ ਪਤਾ ਹੋਵੇ ਆਪਣੇ ਨਾਲ ਦੇ ਪਿੰਡ ਦੀ ਕੁੜੀ ਭੱਜੀ ਕਹਿੰਦੇ ਆਪਣੇ ਜਿਹੜਾ ਕਾਲਜ ਨੀ ਖੁੱਲਿਆ ਉੱਥੇ ਕਹਿੰਦੇ ਪੜ੍ਹਦੀ ਸੀ ਉੱਥੇ ਕਿਸੇ ਮੁੰਡੇ ਨਾਲ ਗੱਲਬਾਤ ਹੋ ਗਈ ਤੇ ਅਸੀਂ ਭੱਜ ਗਈ ਨਾਲੇ ਪੈਸੇ ਪੂਸੇ ਲੈ ਗਈ ਘਰੋਂ ਮੈਂ ਕਹਿੰਦਾ ਯਾਰ ਕਿਹੜੀਆਂ ਪੜ੍ਹਾਈਆਂ ਨੇ ਬਾਈ ਬੁਰਾ ਹਾਲ ਹੋਇਆ ਪਿਆ ਦੁਨੀਆ ਦਾ ਆ ਪਾਲੀ ਕਿੱਧਰ ਤੁਰਿਆ ਹੁੰਦਾ ਖੇਤ ਨਾ ਜਾਂਦਾ ਗਰਮੀ ਬਹੁਤ ਹੋ ਗਈ ਨਾ ਜੀ ਯਾਰ ਬੁਰਾ ਹਾਲ ਆ ਵੀ ਪਾਲੀ ਕਿਵੇਂ ਆ ਵਧੀਆ ਵਧੀਆ ਠੀਕ ਆ ਉਹ ਸਤਿਗੁਰ ਵਧੀਆ ਵਧੀਆ ਕਿੱਧਰ ਚੱਲਿਆ ਉਹ ਮੈਂ ਯਾਰ ਖੇਤ ਜਾਂਦਾ ਸੀ
ਆ ਚਲ ਐਂ ਨਹੀਂ ਨਾ ਕਹਿੰਦੇ ਸ਼ਾਰਟਕੱਟ ਕਾਹਨੂੰ ਉੱਧਰ ਦੀ ਆਉਣਾ ਵਾ। ਠੀਕ ਆ, ਹੋਰ ਘਰ ਪਰਿਵਾਰ ਠੀਕ ਆ ਸਾਰੇ? ਵਧੀਆ ਵਧੀਆ। ਕੀ ਗੱਲਾਂ ਕਰੀ ਜਾਂਦੇ ਹੋ? ਉਹ ਗੱਲਾਂ ਕੁਛ ਨਹੀਂ, ਉਹ ਜਿਹੜੀ ਆਪਣੇ ਨਾਲ ਦੇ ਪਿੰਡ ਦੀ ਕੁੜੀ ਜੀ ਭੱਜ ਗਈ ਉਹਦੀਆਂ ਗੱਲਾਂ ਕਰਦੇ ਸੀ। ਅੱਛਾ, ਬੜਾ ਮਾੜਾ ਹੋਇਆ ਯਾਰ। ਉਹ ਮਾੜਾ ਤਾਂ ਹੋਊਗੀ ਯਾਰ, ਘਰਦੇ ਤਾਂ ਕੁੜੀ ਨੂੰ ਪੜ੍ਹਨ ਲਾਉਂਦੇ ਨੇ ਕਾਲਜ ਦੀ, ਵੀ ਚੱਲ ਕੁਛ ਬਣ ਜੂਗੀ, ਪਰ ਅਗਲੀ ਕਿੱਥੇ ਸੋਚਦੀ ਇੰਨਾ ਕੁਛ, ਕਿਸੇ ਮੁੰਡੇ ਨਾਲ ਕਰਕੇ ਗੱਲਬਾਤ ਭੱਜ ਜਾਂਦੀ ਆ। ਸਹੀ ਗੱਲ ਹੈ ਯਾਰ, ਪਰ ਬਹੁਤ ਗਲਤ ਹੋਇਆ ਯਾਰ ਇੱਦਾਂ ਨਾ। ਬਈ ਗਲਤ ਤਾਂ ਬਹੁਤ ਕੁਛ ਹੁੰਦਾ ਦੁਨੀਆਂ ਦੇ, ਪਹਿਲੀ ਆਪ ਦਾ ਬਚਾਓ ਰੱਖਿਓ ਹੀ ਠੀਕ ਆ। ਹੁਣ ਮਾਂ ਬਾਪ ਦਾ ਕੀ ਕਸੂਰਤੀ ਨਾਲੇ ਭਾਈ ਦਾ, ਉਹਨਾਂ ਦਾ ਮੂੰਹ ਦਿਖਾਉਣ ਜੋਗਰ ਨਹੀਂ ਛੱਡਿਆ ਨਾ। ਹਾਂ ਯਾਰ, ਜਿਹੜੇ ਚਾਰ ਪੈਸੇ ਜੋੜਦੇ ਅਗਲਾ ਉਹ ਵੀ ਲੈ ਕੇ ਭੱਜ ਜਾਂਦੇ ਨੇ। ਉਹ ਹੋਰ ਸਤਿਗੁਰਾ, ਜਮਾਨੀ ਬਹੁਤ ਖਰਾਬ ਹੋ ਰਿਹਾ ਯਾਰ, ਕੀ ਕਰ ਸਕਦੇ, ਬਹੁਤ ਮਾੜਾ ਹਾਲ ਆ ਬਈ ਦੁਨੀਆਂ ਦਾ। ਇਹ ਤਾਂ ਬਈ ਆਪਦਾ ਵਿਚਾਰ ਰੱਖੇ। ਮੈਂ ਤਾਂ ਕਹਿਣਾ ਕੁੜੀਆਂ ਨੂੰ ਤਾਂ ਕਾਲਜ 'ਚ ਲਾਉਣੀ ਨਹੀਂ ਚਾਹੀਦਾ ਬਈ, ਪਲੱਸ ਟੂ ਕਰਕੇ ਹੈ ਨਾ ਆਪਦਾ ਵਿਆਹ ਕਰਕੇ ਤੋਰ ਦੇਣ, ਨਾਲ ਤਾਂ ਇੱਜ਼ਤ ਬਣੀ ਰਹਿੰਦੀ ਆ। ਸਹੀ ਗੱਲ ਹੈ, ਅੱਜ ਕੱਲ੍ਹ ਦਾ ਟਾਈਮ ਹੈ ਨਹੀਂ ਗਾ ਇਕੱਲੀ ਕੁੜੀ ਨੂੰ ਬਾਹਰ ਤੋਰਨ ਦਾ। ਚਲੋ ਚੱਲਦਾ ਮੈਂ ਯਾਰ, ਮੈਂ ਮਣੀ ਆ ਛੱਡਦਾ। ਨਾ ਨਾ, ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ, ਹੋਰ ਮਿਲਦੇ ਮੇਰੇ ਸ਼ਾਮ ਨੂੰ। ਚੰਗਾ ਚੰਗਾ, ਠੀਕ ਹੈ ਜੀ। ਹੋਰ ਅੱਜ ਹੀ ਐਂ ਕਹਿੰਦਾ ਜੀ, ਮੈਂ ਫਿਰ ਸਪਰੇਅ ਕਰਾ ਦੀ ਸਾਡੇ ਨਾਲ ਕਰ ਦਿੰਦੇ ਹਾਂ, ਦੋ ਹੀ ਆ ਜਾਂਗੇ ਨਾਲੇ, ਮੈਂ ਨਾਲੇ ਜਗਰਾ ਆ ਜਾਂਦੀ। ਹਾਂ ਦੋ ਅਸੀਂ ਹੋ ਜਾਂਗੇ, ਕਰ ਦਾਂਗੇ, ਕੋਈ ਗੱਲ ਨਹੀਂ, ਕਰ ਦਾਂਗੇ, ਫੇਰ ਹੀ ਹੋਊਗੀ ਚਾਰ ਚੂਟ ਪਾਉਣ ਨੂੰ ਮੱਕੀ ਵਧੀਆ। ਸਹੀ ਗੱਲ ਬਾਈ, ਮੱਕੀ ਦਾ ਬੁਰਾ ਹਾਲ ਕਰਿਆ ਪਿਆ। ਚੱਲੀਏ ਫਿਰ। ਚਲ ਬਾਈ ਬਾਈ, ਹਾਂਜੀ। ਨੀ ਸਿਮਰਨਾ, ਹਾਂਜੀ, ਜਾ ਪੁੱਤ ਇਹਦਾ ਖਹਿੜਾ ਛੱਡ ਦੇ, ਉੱਠ ਕੇ ਰੋਟੀ ਪਾਣੀ ਦਾ ਕਰ ਲਾ, ਕੰਮ ਬਹੁਤ ਪਿਆ, ਮੈਂ ਉੱਪਰਲਾ ਨਮੇੜ ਲਾ। ਬਸ 5 ਮਿੰਟ ਦੇ ਦਿਓ, ਫਿਰ ਮੈਂ ਕਰ ਲੈਂਦੀ ਹਾਂ ਕੰਮ। ਬਸ ਤੇਰੇ ਤੋਂ 5 ਮਿੰਟ ਹੀ ਨਹੀਂ ਮੁੱਕਦੇ, ਆ ਜਾ ਖੜੀ ਹੋ ਜਾ। ਇਸਨੇ ਉਹ ਸਿਰਾ ਪੈਰ ਪਾਈ ਲਿਆ ਜਿਸ ਦੀ ਮੰਜ਼ਿਲ ਸਾਡੀ ਇੱਜ਼ਤ ਦੀ ਖਰਾਬੀ ਹੈ। ਮੈਂ ਵੀ ਦੇਖਦਾ ਕੌਣ ਇਹਨੂੰ ਦੂਰ ਜੇ ਆਉਣ ਦੇ ਵਾਅਦੇ ਕਰੀ ਬੈਠਿਆ। ਕੋਈ ਨਹੀਂ, ਕੱਲ੍ਹ ਨੂੰ ਆਉਣ ਦੇ, ਇਹਦੇ ਪਿੱਛੇ ਜਾਊਂਗਾ ਮੈਂ। ਮੈਨੂੰ ਤਾਂ ਪਹਿਲੇ ਸ਼ੱਕ ਸੀ ਉਹਦੇ, ਹੁਣ ਸ਼ੱਕ ਪੂਰਾ ਹੋ ਗਿਆ। ਕੋਈ ਨਹੀਂ, ਇਹਨਾਂ ਰੰਗੇ ਹੱਥੀ ਫੜੂੰਗਾ, ਜੇ ਹੁਣ ਕੁਛ ਕਹੂੰਗਾ ਹੁਣ ਇਹ ਮੁੱਕਰੂਗੀ। ਕੀ ਕਰਾਂ, ਮਾਂ ਨੂੰ ਦੱਸਾਂ ਜਾਂ ਨਾ? ਨਾ, ਬਾਅਦ 'ਚ ਦੱਸੂ ਮਾਂ ਨੂੰ ਵੀ।
ਚਲੋ ਠੀਕ ਹੈ ਮੰਮੀ ਜੀ, ਮੈਂ ਕਾਲਜ ਚੱਲੀ ਹਾਂ। ਚੱਲ ਠੀਕ ਹੈ ਪੁੱਤ, ਧਿਆਨ ਨਾਲ ਜਾਈ। ਠੀਕ ਹੈ ਮੰਮੀ ਜੀ। ਆਹੋ ਛੇਤੀ ਆ ਜਾ ਕਰਨ ਵਾਲੇ। ਉਹ ਚੰਗਾ ਹੁਣ ਜਾ ਤਾਂ ਆਵਾਂ ਪਹਿਲਾਂ। ਗੱਲ ਮੰਮੀ, ਬੜੀ ਟੈਨਸ਼ਨ 'ਚ ਬੈਠੇ ਹੋ, ਸਿਰ ਦੁਖਦਾ ਤੁਹਾਡਾ? ਤੇਰੀਆਂ ਕਰਤੂਤਾਂ ਕਰਕੇ ਬੈਠੀ ਆ ਸਿਰ ਫੜੀ। ਮੇਰੀਆਂ ਕਰਤੂਤਾਂ? ਮੈਂ ਕੀ ਕੀਤਾ ਮੰਮੀ? ਆਹੋ ਕੀ ਨਹੀਂ ਕੀਤਾ, ਤੈਨੂੰ ਪਾਲੀ ਨੇ ਦੇਖ ਲਿਆ, ਤੇਰੀਆਂ ਕਰਤੂਤਾਂ ਸਾਰੀਆਂ ਦੱਸਤੀਆਂ ਮੈਨੂੰ ਉਹਨੇ। ਮੈਨੂੰ ਦੇਖ ਲਿਆ? ਕੀ ਮਤਲਬ ਆ ਮੰਮੀ ਤੁਹਾਡਾ? ਨੀ ਮਾੜੀ ਮੋਟੀ ਸ਼ਰਮ ਕਰ ਲਾ, ਪਾਲੀ ਨੇ ਮੈਨੂੰ ਆ ਕੇ ਦੱਸਿਆ ਕਿਹੜੇ ਮੁੰਡੇ ਨੂੰ ਚਿੱਠੀਆਂ ਪੜਾਉਂਦੀ ਫਿਰਦੀ ਤੀ ਅੱਜ ਤੂੰ। ਕੁੜੀਏ, ਤੈਂ ਚੰਗਾ ਨਹੀਂ ਕੀਤਾ ਸਾਡੇ ਨਾਲ, ਜਿਹੜੇ ਤੋਂ ਗਲਤ ਕੰਮਾਂ 'ਚ ਪਏਗੀ ਨਾ, ਸਹੀ ਉਹ ਬੋਲਦਾ ਸੀ ਮੁੰਡਾ ਸ਼ੁਰੂ ਤੋਂ ਹੀ। ਮੰਮੀ, ਐਵੇਂ ਤਾਂ ਕੁਛ ਨਹੀਂ ਹੈਗਾ ਜਿਵੇਂ ਤਾਂ ਤੁਸੀਂ ਸੋਚੀ ਜਾਂਦੇ ਹੋ। ਨਾ ਹੈ ਕਿਉਂ ਨਹੀਂ ਕੁਛ, ਉਹ ਮੁੰਡਾ ਝੂਠ ਬੋਲਦਾ। ਮੰਮੀ, ਤੁਸੀਂ ਕਿਹਦੀ ਗੱਲ ਕਰੀ ਜਾਂਦੇ ਹੋ? ਕੀ ਝੂਠ ਬੋਲਦਾ, ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਸਾਫ਼ ਸਾਫ਼ ਕਹੋ ਨਾ। ਐਂ ਕਰਦੀ ਆ ਮਹਾਰਾਣੀ ਜਿਵੇਂ ਕਿਸੇ ਦਾ ਪਤਾ ਹੀ ਨਹੀਂ ਹੁੰਦਾ।
ਨਹੀਂ ਮੈਂ ਤਾਂ ਉਹ ਮੁੰਡੇ ਨੂੰ ਲੜਦੀ ਰਹਿੰਦੀ ਪਾਲੀ ਨੂੰ ਦਿਨ ਰਾਤ ਵੀ ਤੂੰ ਨਾ ਕੁੜੀ ਦੇ ਮਗਰ ਪਿਆ ਕਰ, ਨਾਲੇ ਲੋਕ ਮੈਨੂੰ ਸਲਾਹਾਂ ਦਿੰਦੇ ਤੇ ਆਹ ਕਾਲਜਾਂ ਕੁਲਜਾਂ 'ਚ ਨਾ ਪਾਓ। ਇਹ ਤਾਂ ਸਭ ਸਾਡੀ ਗਲਤੀ ਆ। ਵਧੀਆ ਰਹਿੰਦੀ ਜੇ ਮੈਂ ਪਾਲੀ ਦੀਆਂ ਗੱਲਾਂ 'ਚ ਆ ਜਾਂਦੀ, ਨਾ ਲਾਉਂਦੀ ਤੈਨੂੰ। ਮੰਮੀ ਐਵੇਂ ਤਾਂ ਮੈਂ ਕੁਛ ਨਹੀਂ ਕੀਤਾ ਹੈਗਾ ਜਿਵੇਂ ਦਾ ਤੁਸੀਂ ਸੋਚੀ ਜਾਂਦੇ ਹੋ। ਮੰਮੀ ਤੁਹਾਨੂੰ ਮੇਰੇ 'ਤੇ ਯਕੀਨ ਨਹੀਂ ਹੈਗਾ ਜਿਹੜਾ ਤੁਸੀਂ ਐਵੇਂ ਦੀਆਂ ਗੱਲਾਂ ਕਰੀ ਜਾਂਦੇ ਹੋ। ਤੇਰੇ 'ਤੇ ਯਕੀਨ ਬਹੁਤ ਸੀ ਪਰ ਤੂੰ ਅੱਜ ਯਕੀਨ ਤੋੜਤਾ ਸਾਡਾ। ਮੰਮੀ ਮੈਨੂੰ ਤੁਹਾਡੀ ਕਸਮ ਲੱਗੀ, ਮੈਂ ਐਵੇਂ ਤਾਂ ਕੁਛ ਨਹੀਂ ਕੀਤਾ ਹੈਗਾ ਜਿਵੇਂ ਦਾ ਤੁਸੀਂ ਸੋਚੀ ਜਾਂਦੇ ਹੋ। ਕੀ ਕਹਿੰਦੀ ਆ ਮਾਏ? ਕੁਛ ਨਹੀਂ ਪੁੱਤ। ਦੱਸ ਕਿੱਥੇ ਖੇ ਕਰ ਖਾਂਦੀ ਫਿਰਦੀਆਂ ਤੂੰ? ਪੁੱਤ ਗੱਲ ਸੁਣ ਲੈ ਪਹਿਲਾਂ ਇਹਦੀ ਕੁੜੀ ਦੀ। ਤੂੰ ਚੁੱਪ ਕਰ ਜਾਵਾਂ, ਮੈਨੂੰ ਪੁੱਛ ਲੈਣ ਦੇ ਇਹਨੂੰ। ਪਰ ਵੀਰੇ ਮੇਰੀ ਗੱਲ ਤਾਂ ਸੁਣ ਲਓ, ਮੈਂ ਐਵੇਂ ਤਾਂ ਕੁਛ ਨਹੀਂ ਕੀਤਾ ਹੈਗਾ, ਮੈਨੂੰ ਤੁਹਾਡੀ ਸੌਂਹ ਲੱਗੇ ਵੀਰੇ। ਨਾ ਅੱਜ ਜਿਹੜਾ ਸਵੇਰੇ ਕਰਦੀ ਮੇਰੀ ਜੀ, ਉਹ ਕੀ ਸੀ ਉਹ? ਬੋਲ ਹੁਣ। ਵੇ ਪੁੱਤ ਤੂੰ ਇਹਨੂੰ ਕੁਛ ਨਾ ਕਹਿ, ਇੱਕ ਵਾਰ ਇਹਦੀ ਗੱਲ ਸੁਣ ਲੈ ਪਹਿਲਾਂ ਕੁੜੀ ਦੀ। ਉਹ ਬਸ ਮਾਂ ਸੁਣ ਸੁਣਾ ਉਹਨੂੰ ਕੀ ਰਹਿ ਗਿਆ, ਸਾਰਾ ਕੁਝ ਤਾਂ ਮੱਖੀ ਦੇਖ ਲਿਆ, ਪਹਿਲਾਂ ਬਾਪ ਛੱਡ ਕੇ ਚਲਿਆ ਗਿਆ, ਹੁਣ ਮਾਂ ਦੇਖ ਕੇ ਸ਼ਰਮ ਕਰ ਲੈਂਦੀ, ਹੁਣ ਪਤੀ ਹੈ ਇਹ ਕੀ ਨਾ ਆਪਣਾ ਰੋਸ਼ਨ ਕਰਦੀ ਫਿਰਦੀ ਹੈ। ਵੀਰੇ ਕਿਵੇਂ ਦੀਆਂ ਗੱਲਾਂ ਕਰ ਰਹੇ ਹੋ, ਤੁਹਾਨੂੰ ਵੀ ਮੇਰੇ 'ਤੇ ਯਕੀਨ ਨਹੀਂ ਹੈਗਾ, ਨਾਲੇ ਮੈਂ ਤੁਹਾਡੀ ਸਹੁੰ ਝੂਠੀ ਥੋੜਾ ਨਾ ਖਾਊਂਗੀ। ਖੜ ਜਾ, ਬੋਲ ਪੁੱਤ ਸਿਮਰ ਕੀ ਕਹਿੰਦੀ ਹੈ ਤੂੰ ਦੱਸ। ਵੀਰੇ ਜਿਹੜੇ ਤੁਸੀਂ ਉਹ ਮੁੰਡੇ ਦੀ ਗੱਲ ਕਰ ਰਹੇ ਹੋ ਨਾ, ਮੇਰਾ ਕੋਈ ਆਸ਼ਕ ਵਾਸ਼ਕ ਨਹੀਂ ਹੈਗਾ ਜਿਵੇਂ ਤੁਸੀਂ ਸੋਚ ਰਹੇ ਹੋ। ਉਹ ਨਾ ਇੱਕ ਪੱਤਰਕਾਰ ਆ ਅਤੇ ਨਾ ਮੈਨੂੰ ਸ਼ਾਇਰੀ ਲਿਖਣ ਦਾ ਸ਼ੌਂਕ ਹੈ, ਤੁਹਾਨੂੰ ਵੀ ਪਤਾ ਵੀਰੇ, ਅਤੇ ਤੁਸੀਂ ਮੈਨੂੰ ਅਲਾਓ ਨਹੀਂ ਕੀਤਾ ਕਿਉਂਕਿ ਤੁਸੀਂ ਮੈਨੂੰ ਮਨ੍ਹਾ ਕੀਤਾ ਸੀ ਵੀ ਤੂੰ ਸ਼ਾਇਰੀ ਲਿਖਣੀ ਵੀ ਨਹੀਂ ਹੈਗੀ ਅਤੇ ਅਖਬਾਰ 'ਚ ਵੀ ਨਹੀਂ ਦੇਣੀ। ਮੈਂ ਇਸ ਕਰਕੇ ਨਾ ਪੱਤਰਕਾਰ ਨਾਲ ਗੱਲ ਕਰ ਲਈ, ਉਹਨੇ ਵੀਰੇ ਮੈਨੂੰ ਆਖਿਆ ਵੀ ਤੂੰ ਮੈਨੂੰ ਸ਼ਾਇਰੀ ਲਿਖ ਕੇ ਦੇ ਦਿਆ ਕਰ ਵੀ ਮੈਂ ਨਾਮ ਆਪਦਾ ਪਾ ਦਿਆ ਕਰੂੰ। ਇਸੇ ਕਰਕੇ ਬੇਬੇ ਮੈਂ ਚਾਈਂ ਚਾਈਂ ਅਖਬਾਰ ਪੜ੍ਹਦੀ ਹਾਂ ਕਿਉਂਕਿ ਉਹਦੇ ਵਿੱਚ ਮੇਰੀ ਲਿਖੀ ਸ਼ਾਇਰੀ ਹੁੰਦੀ ਆ। ਪਰ ਜਿਵੇਂ ਦਾ ਤੁਸੀਂ ਸੋਚ ਰਹੇ ਹੋ ਨਾ ਇਹ ਗਲਤ ਆ, ਐਵੇਂ ਤਾਂ ਕੁਛ ਨਹੀਂ ਹੈਗਾ ਬੇਬੇ, ਸੱਚੀ ਕਹਿੰਦੀ ਹਾਂ। ਅੱਛਾ ਭੈਣੇ ਆਹ ਗੱਲ ਸੀ, ਤੂੰ ਸਾਨੂੰ ਪਹਿਲਾਂ ਹੀ ਦੱਸ ਦਿੰਦੀ। ਬਸ ਵੀਰੇ ਮੈਨੂੰ ਨਾ ਡਰ ਲੱਗਦਾ ਸੀ ਕਿਉਂਕਿ ਤੁਸੀਂ ਮੈਨੂੰ ਪਹਿਲਾਂ ਹੀ ਮਨ੍ਹਾ ਕੀਤਾ ਸੀਗਾ, ਮੈਨੂੰ ਐਵੇਂ ਸੀ ਵੀ ਜੇ ਕਿਤੇ ਤੁਹਾਨੂੰ ਪਤਾ ਲੱਗ ਗਿਆ ਨਾ ਵੀ ਐਵੇਂ ਵਾਧੂ ਦਾ ਘਰੇ ਕਲੇਸ਼ ਪਊਗਾ। ਨਾਲੇ ਵੀਰੇ ਤੁਸੀਂ ਇਹ ਗੱਲ ਕਿਵੇਂ ਸੋਚ ਲਈ ਵੀ ਮੈਂ ਤੁਹਾਡੀ ਇੱਜ਼ਤ ਰੋਲੂੰਗੀ? ਚੱਲ ਕੋਈ ਨਾ ਭੈਣੇ, ਮੈਂ ਤੇਰੇ 'ਤੇ ਐਵੇਂ ਸ਼ੱਕ ਕਰਿਆ, ਮੈਨੂੰ ਮਾਫ਼ ਕਰ ਦੇ। ਹਾਂਜੀ ਦੋਸਤੋ ਕੀ ਹਾਲ ਚਾਲ ਨੇ ਜੀ, ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਸਾਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਜਿਹੜੀ ਵੀ ਆਪਣੇ ਚੈਨਲ 'ਤੇ ਨਵੇਂ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਇੱਦਾਂ ਦੀਆਂ ਹੋਰ ਵੀਡੀਓ ਵੇਖਣ ਨੂੰ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ, ਤੁਹਾਨੂੰ ਇਹੋ ਜਿਹੀਆਂ ਵੀਡੀਓ ਆਪਣੇ ਚੈਨਲ 'ਤੇ ਜ਼ਰੂਰ ਮਿਲਣਗੀਆਂ। ਅਤੇ ਆਪਾਂ ਹੁਣ ਬੋਲਾਂਗੇ ਜੀ ਪਹਿਲੇ 15 ਕਮੈਂਟ ਜਿਨ੍ਹਾਂ ਨੇ ਪਿਛਲੀ ਵੀਡੀਓ 'ਤੇ ਕੀਤੇ ਸੀ, ਅਤੇ ਬੋਲੋ ਜੀ। ਗੁਰਸਿਮਰਨ ਬਿਲਿੰਗ, ਹਰਮਨ, ਪ੍ਰੀਤ ਸੁੱਖ, ਲਵਪ੍ਰੀਤ ਕੌਰ ਢਿੱਲੋਂ, ਜੀ ਟੀ ਏ ਸਪੋਰਟਸ, ਜੈਸਮੀਨ, ਮਨਜੀਤ ਖਾਨ ਗੇਮਿੰਗ, ਸੰਦੀਪ ਕੌਰ ਯੂਜ਼ਰ, ਜੱਸਾ ਸੇਖੋਂ, ਹਰਪ੍ਰੀਤ ਕੌਰ, ਜਸਨੂਰ ਢਿੱਲੋਂ ਯੂਜ਼ਰ। ਇਹ ਸੀ ਪਹਿਲੇ ਜੀ 15, ਇਹ ਪਹਿਲੇ 15 ਕਮੈਂਟ ਸੀ, ਅਤੇ ਜੇ ਕਿਸੇ ਵੀਰ ਦਾ ਨਾਂ ਗਲਤ ਲਿਆ ਹੋਇਆ ਅਸੀਂ ਮਾਫ਼ੀ ਚਾਹੁੰਦੇ ਹਾਂ, ਅਤੇ ਕਈ ਵਾਰ ਮਿਸਟੇਕ ਹੋ ਜਾਂਦੀ ਹੈ, ਅਤੇ ਬਾਕੀ ਤੁਸੀਂ ਵੀ ਕਰਿਓ ਕਮੈਂਟ, ਫਿਰ ਤੁਹਾਡਾ ਵੀ ਨਾਂ ਬੋਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ, ਅਤੇ ਸ਼ੇਅਰ ਜ਼ਰੂਰ ਕਰ ਦਿਓ ਆਪਣੇ 3 ਦੋਸਤਾਂ ਨਾਲ, ਉਹਨਾਂ ਨੂੰ ਵੀ ਕਿਹੋ ਵੀ ਆਪਦੇ ਪੱਕੇ 3 ਦੋਸਤਾਂ ਨੂੰ ਸ਼ੇਅਰ ਕਰ ਦਿਓ, ਅਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ, ਆਪਾਂ ਇੱਦਾਂ ਦੀ ਹੋਰ ਵੀਡੀਓ ਆਪਾਂ ਇਹ ਚੈਨਲ 'ਤੇ ਲੈ ਕੇ ਆਵਾਂਗੇ। ਅਤੇ ਬਾਕੀ ਕੋਈ ਗਲਤੀ ਗੁਲਤੀ ਹੋਈ ਉਹ ਵੀ ਸਾਨੂੰ ਕਮੈਂਟ 'ਚ ਜ਼ਰੂਰ ਦੱਸਿਆ ਕਰੋ, ਕੋਈ ਨਵਾਂ ਕਰਨ ਲਈ ਵੀ ਦੱਸਿਆ ਕਰੋ ਵੀ ਇੱਦਾਂ ਤੁਸੀਂ
ਐਦਾਂ ਕਰਨਾ ਸੀ ਨਾ, ਜ਼ਰੂਰ ਰਾਏ ਦਿਆ ਕਰੋ ਵਿੱਚ ਕਮੈਂਟਾਂ ਦੇ ਵਿੱਚ, ਕੋਈ ਸਕ੍ਰਿਪਟ ਹੁੰਦੀ ਕਿਸੇ ਲਵੇ ਹੈ ਨਾ ਉਹ ਵੀ, ਹਾਂ ਮਾਈਂਡ 'ਚ ਕੋਈ ਕਨਸੈਪਟ ਹੋਵੇ ਤਾਂ ਉਹ ਵੀ ਦੱਸਿਆ ਕਰੋ, ਕਰ ਲਿਆ ਕਰੋ, ਬਣਾ ਦਾਂਗੇ ਆਪਾਂ ਅਤੇ ਕੁਝ ਹੋਰ ਦੱਸਣ ਨੂੰ ਬਾਕੀ ਤੁਹਾਨੂੰ ਪਤਾ ਹੀ ਆ ਜਿਹੜਾ ਅਸੀਂ ਕਹਿਣ ਚਾਹੁੰਦੇ ਹਾਂ ਉਹ ਤੁਹਾਨੂੰ ਪਤਾ ਆ, ਅਤੇ ਚੱਕ ਦਿਓ ਫਟੇ ਕਰ ਦਿਓ ਸ਼ੇਅਰ ਅਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੇ ਤਾਂ ਨਵੇਂ ਆਏ ਹੋ ਆਪਣੇ ਚੈਨਲ 'ਤੇ। ਸਤਿਗੁਰ ਪ੍ਰੋਡਕਸ਼ਨ, ਓਕੇ ਜੀ, ਮਿਲਦੇ ਹੀ ਅਗਲੇ ਵੀਕ, ਰੱਬ ਰੱਖ।